ਹੈਲੋ ਮੈਂਬਰ, ਸਤਿ ਸ਼੍ਰੀ ਅਕਾਲ। ਇਹ ਮੈਂਬਰ ਆਏ ਨੇ ਆਪਣੇ ਗਰੁੱਪ 'ਚ ਨੇ, ਰੋਟੀਆਂ ਲੈ ਕੇ ਆਏ ਨੇ, 200 ਪਨੀਰ ਲੈ ਕੇ ਆਏ ਨੇ, ਦਹੀਂ ਲੈ ਕੇ ਆਏ ਨੇ, ਔਰ 2 ਫੀਟ ਦੀਆਂ ਬੋਰੀਆਂ ਲੈ ਕੇ ਆਏ ਨੇ, ਔਰ ਸ਼ਾਮ ਦੀ ਰੋਟੀ ਇਹਨਾਂ ਵੱਲੋਂ ਹੀ ਬੱਚਿਆਂ ਨੂੰ ਪਾਈ ਗਈ ਹੈ। ਦਹੀਂ ਪਨੀਰ ਪਾ ਕੇ ਵਿੱਚ ਹੀ ਦੁੱਧ ਪਾ ਕੇ, ਮਤਲਬ ਕਿ ਬੱਚਿਆਂ ਨੂੰ ਸਾਰਾ ਕੁਛ ਮਿਕਸ ਕਰਕੇ ਰੋਟੀ ਪਾਈ ਗਈ ਹੈ। ਔਰ ਸ਼ੁਕਰੀਆ ਮੈਮ ਤੁਹਾਡੇ, ਹੈ ਨਾ। ਔਰ ਇਹ 5,000 ਕੈਸ਼ ਵੀ ਦੇ ਕੇ ਗਏ ਨੇ, ਔਰ ਬਾਕੀਆਂ ਨੂੰ ਮੈਂਬਰਾਂ ਨੂੰ ਵੀ 500-500 ਰੁਪਏ ਦੇ ਕੇ ਗਏ ਨੇ, ਔਰ ਸ਼ੁਕਰੀਆ ਸਭ ਦਾ, ਹੈ ਨਾ। ਤੁਸੀਂ ਇੱਦਾਂ ਹੀ ਆਉਂਦੇ ਰਹੋ, ਇਸ ਸੇਵਾ ਜਾਰੀ ਰੱਖੋ ਬੱਚਿਆਂ ਲਈ, ਔਰ ਹਮੇਸ਼ਾ ਤੁਸੀਂ ਆਇਆ ਕਰੋ, ਚਾਹੇ 2-2 ਮਹੀਨਿਆਂ ਬਾਅਦ ਆਇਆ ਕਰੋ, ਪਰ ਸੇਵਾ ਤੁਸੀਂ ਆਏ ਮੰਥ ਪਾਇਆ ਕਰੋ, ਕਿਉਂਕਿ ਇਹ ਸੇਵਾ ਤਾਂ ਰੋਜ਼ ਦਾ ਹੀ ਹੈ। ਤੁਹਾਨੂੰ ਮੈਂ ਹੁਣ ਵੀਡੀਓਜ਼ ਤੁਹਾਨੂੰ ਸਾਰੇ ਏਰੀਏ ਦੀ ਪਾ ਦਿੰਦੀ ਹਾਂ, ਕਦੀ ਕਿਸ ਏਰੀਏ ਦੀ, ਕਦੀ ਕਿਸ ਏਰੀਏ ਦੀ, ਕਿਉਂਕਿ ਬੱਚੇ ਤਾਂ ਆ ਹੀ ਜਾਣੇ ਨੇ ਜੀ। ਬੱਚੇ ਕਿੱਥੇ ਜਾਣੇ ਨੇ, ਬੱਚੇ ਤਾਂ ਹੈ ਹੀ ਆਪਾਂ ਕੋਲ। ਤੰਦਰੁਸਤ ਰਹੋ, ਕੱਲ੍ਹ ਪਰਸੋਂ ਵੀ ਛੋਟੇ ਬੱਚੇ ਆਏ ਨੇ, ਕਲਾ 'ਚ ਰਹੋ, ਬੱਚੇ ਆ ਹੀ ਜਾਂਦੇ ਨੇ, ਉਹਨਾਂ 'ਚ ਪੱਲੀ ਜਾਂਦੇ, ਜੋ ਬੜੇ ਆ ਉਹ ਇੱਥੇ ਹੀ ਨੇ ਹਮੇਸ਼ਾ, ਹੈ ਨਾ। ਅਤੇ ਬਾਕੀ ਆ ਮੈਂਬਰ, ਇਹ ਬੱਚੇ ਮੇਰੇ ਹਾਲ ਵਾਲੇ ਨੇ, ਔਰ ਸ਼ਰਾਰਤੀ ਬੱਚੇ ਨੇ ਬੜੇ। ਇਹ ਦੂਜੇ ਕੁੱਕੂ ਵਾਲੇ ਉੱਪਰ ਵਾਲੀ ਹਾਲ ਵਾਲੇ ਫੀਮੇਲ ਨੇ ਸਾਰੀਆਂ, ਇਹ ਸਾਰੀਆਂ ਫੀਮੇਲ ਹੀ ਨੇ। ਕੁਛ ਦੇ ਆਪਰੇਸ਼ਨ ਹੋਏ ਹੋਏ ਆ, ਕੁਛ ਦੇ ਨਹੀਂ ਹੋਏ, ਕੁਛ ਨੂੰ ਸਕਿਨ ਪ੍ਰੋਬਲਮ ਆ ਗਈ ਹੈ। ਇਹਨਾਂ ਨੂੰ ਵੀ ਮੈਂ 2 ਵਾਰੀ ਜੋ ਬੜੀ ਗੋਲੀ ਆਉਂਦੀ ਹੈ 2,000 ਵਾਲੀ ਪਾਤੀ ਹੈ, ਬਾਕੀ 2 ਗੋਲੀਆਂ ਲਿਆ ਕੇ ਪਾਤੀਆਂ ਨੇ 4,000 ਦੀਆਂ। ਬਾਕੀ ਅੱਜ ਮੈਮ ਪੈਸੇ ਦੇ ਕੇ ਗਏ ਨੇ, ਉਹਨਾਂ ਦੀ ਵੀ ਪਾ ਦੂੰਗੀ, ਹੈ ਨਾ। ਗੋਲੀ ਮੰਗਵਾਉਂਗੀ ਇੱਕ ਹੋਰ, ਕਿਉਂਕਿ ਜਿਹੜੇ ਬੱਚੇ ਖਾਰਸ਼ ਵਾਲੇ ਨੇ ਉਹਨਾਂ ਨੂੰ ਪਾਈ ਜਾਣੀ ਹੈ, ਹੈ ਨਾ। ਬਾਕੀ ਮੈਂਬਰ ਤੁਹਾਡਾ ਸਾਥ ਇੱਦਾਂ ਹੀ ਮਿਲਦਾ ਰਹੇ, ਬਾਰਿਸ਼ ਹੋ ਰਹੀ ਹੈ ਉਰੇ, ਅਤੇ ਮੈਂ ਇੱਦਾਂ ਹੀ ਬੱਚੇ ਆਸ਼ਰਮ ਚੱਲਦਾ ਰਹੇ, ਤੁਹਾਡੇ ਸਿਰ 'ਤੇ ਚੱਲ ਰਿਹਾ ਮੈਂਬਰ। ਮੈਂ ਕਰਨ ਕਰਾਵਣ ਕੋਈ ਨਹੀਂ, ਮੇਰੇ ਅੱਗੇ ਪਿੱਛੇ ਕੋਈ ਨਹੀਂ ਤੁਹਾਡੇ ਤੋਂ ਇਲਾਵਾ, ਨਾ ਮੇਰਾ ਆਦਮੀ ਹੈ, ਨਾ ਕੋਈ ਹੋਰ ਸਹਾਰਾ, ਤੁਹਾਡੇ ਤੋਂ ਬਗੈਰ ਮੇਰਾ ਕੋਈ ਨਹੀਂ ਹੈ। ਮੈਂ ਅੱਜ ਫਿਰ ਤੁਹਾਨੂੰ ਕਹਿੰਦੀ ਹਾਂ, ਤੁਸੀਂ ਹੀ ਹੋ, ਤੁਸੀਂ ਮੇਰਾ ਸਾਥ ਦੇਣਾ ਅਤੇ ਆਸ਼ਰਮ ਚੱਲੀ ਜਾਏਗਾ। ਅਤੇ ਤੁਸੀਂ ਸਾਥ ਦੇ ਰਹੇ ਹੋ, ਤਾਂ ਕੰਮ ਵਾਲੇ ਮੈਂ ਰੱਖੀ ਜਾ ਰਹੀ ਹਾਂ, ਸਾਥ ਮਿਲੀ ਜਾ ਰਿਹਾ, ਹੈ ਨਾ। ਅਤੇ ਤੁਹਾਡੇ ਕਰਕੇ ਮੈਂ ਇਹ ਚਲਾਈ ਜਾ ਰਹੀ ਹਾਂ, ਔਰ ਤੁਸੀਂ ਮੇਰਾ ਇੱਦਾਂ ਹੀ ਸਾਥ ਦੇਈ ਚਲੋ। ਰੱਬ ਤੁਹਾਡੇ ਵੀ ਕਮਾਈ 'ਚ ਬਰਕਤਾਂ ਪਾਵੇ, ਤੁਸੀਂ ਇਹ ਬੇਜ਼ਬਾਨਾਂ ਦਾ ਸਾਥ ਦੇ ਰਹੇ ਹੋ ਮੇਰੇ ਨਾਲ, ਹੈ ਨਾ। ਪਰਮਾਤਮਾ ਤੁਹਾਨੂੰ ਬਹੁਤਾ ਬਹੁਤਾ ਦੇਵੇ, ਤਰੱਕੀਆਂ ਦੇਵੇ, ਹਮੇਸ਼ਾ ਤੁਸੀਂ ਸਾਰੇ ਖੁਸ਼ ਰਹੋ, ਇੱਦਾਂ ਹੀ ਚੜ੍ਹਦੀਆਂ ਕਲਾ 'ਚ ਰਹੋ, ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਪਰਮਾਤਮਾ, ਹਮੇਸ਼ਾ ਤੰਦਰੁਸਤੀਆਂ ਬਖਸ਼ੇ ਪਰਮਾਤਮਾ, ਚੜ੍ਹਦੀਆਂ ਕਲਾ 'ਚ ਰੱਖੇ, ਸੇਵਾ ਤੁਸੀਂ ਇੱਦਾਂ ਹੀ ਜਾਰੀ ਲਾਓ, ਠੀਕ ਹੈ। ਔਰ ਬੱਚੇ ਇੱਦਾਂ ਹੀ ਆਈ ਜਾਂਦੇ ਨੇ, ਸੇਵਾ ਜਾਰੀ ਰੱਖੋ। ਮਗਰ ਮੈਂ ਅਰਦਾਸ ਇਹੀ ਕਰਦੀ ਹਾਂ ਵੀ ਮੇਰਾ ਨੰਬਰ ਇੱਦਾਂ ਸਹੀ ਸਲਾਮਤ ਬੱਚਿਆਂ ਵਾਸਤੇ ਨਾ ਦਿਓ ਪਲੀਜ਼, ਕਿਉਂਕਿ ਮੇਰੀ ਸੇਵਾ ਤਾਂ ਆਹ ਦੂਸਰੇ ਬੱਚਿਆਂ ਲਈ ਹੈ, ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਮੇਰੀ। ਇੱਦਾਂ ਘਰ ਦੇ ਪਾਲੇ ਹੋਇਆਂ ਵਾਸਤੇ ਮੇਰੇ ਨਾ ਦਿਓ, ਜਿਨ੍ਹਾਂ ਨੇ ਸ਼ੌਂਕ ਸ਼ੌਂਕ 'ਚ ਪਾਲੇ ਫਿਰ ਛੱਡਦੇ ਹੈ ਬੱਚੇ, ਉਹਨਾਂ ਨੂੰ ਮੇਰਾ ਨੰਬਰ ਪਲੀਜ਼ ਨਾ ਦਿਆ ਕਰੋ।